जी मानसा जिन्होंने बहुत ही प्यार दे नाल अपने विचार संगतां प्रति रखे ने, बहुत धन्यवाद है। हुण मैं बेनती करांगा सरदार बूटा सिंह जी साधीपुर बीकेजू मंच प्रधान पंजाब, वो अपने विचार कुछ मिनटों वास्ते संगतां प्रति रखणगे जी। परम सत्कारयोग मेरे किसान साथियों, आओ वाह आओ फतेह की सांझ पाइए। वाहेगुरु जी का खालसा, वाहेगुरु जी की फतेह। किसान वीरों, केंद्र सरकार तुहाडियां हकी मंगा मन्नण नूं भी अड़ियां करदी है, पर किन्ना कु चिर जिन्ना चिर मर्जी कर लवे अड़ियां, अज मेरा ख्याल 86-87 दिन हो चले तुहानू दिल्ली दियां बरूहां ते बैठिया नू। मैं तां एक गल कहना मोदी साहब, ये छांतमई ढंग दे नाल साडा अंदोलन चल रहा है ते छांतमई ही चलदा रहूगा। जो तू चाहना है वह नहीं होण वाला, जो असी चाहुणे आ ਉਹ ਹੋਣ ਵਾਲਾ ਹੈ, ਪਰ ਤੇਰੀਆਂ ਜਿਹੜੀਆਂ ਕਰਤੂਤਾਂ ਨੇ ਉਹ ਤਾਂ ਦੁਨੀਆ ਜਿਹੜੀ ਉਹ ਸਾਰੀ ਵਾਕਫ ਹੋ ਚੁੱਕੀ ਹੈ। ਤੂੰ 26 ਜਨਵਰੀ ਨੂੰ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਸਾਨੂੰ ਰਸਤਾ ਦੇ ਕੇ ਤੇ ਦੂਜੇ ਪਾਸੇ ਨੂੰ ਤੋੜਨ ਦਾ ਯਤਨ ਕੀਤਾ, ਜਿਹੜਾ ਮੇਰੇ ਤੋਂ ਪਹਿਲਾਂ ਹੁਣ ਰੁਲਦੂ ਸਿੰਘ ਜੀ ਮਾਨਸਾ ਦੱਸ ਰਹੇ ਕਿ ਪਰਚੇ ਕਰ ਰਹੇ ਨੇ, ਉਹ ਸਾਰੀ ਕੇਂਦਰ ਸਰਕਾਰ ਦੀ ਚਾਲ ਸੀ ਤੇ ਤੁਹਾਡੇ ਅੰਦੋਲਨ ਨੂੰ ਖਰਾਬ ਕਰਨ ਦਾ ਉਹਨਾਂ ਦਾ ਵੱਡਾ ਯਤਨ ਸੀ। ਪਰ ਕਿਸਾਨ ਵੀਰੋ, ਉਸ ਅੰਦੋਲਨ ਨੂੰ, ਇਹ ਤੁਹਾਡੇ ਤਹੀਏ ਨੂੰ ਉਸ ਕੁਦਰਤ ਨੇ ਬਚਾਇਆ ਤੇ ਜਦੋਂ ਅੱਧੀ ਰਾਤ ਨੂੰ ਟਕੈਤ ਸਾਹਿਬ ਦੀਆਂ ਅੱਖਾਂ ਦੇ ਵਿੱਚ ਜਦੋਂ ਹੰਝੂ ਆਏ, ਉਹ ਹੰਝੂ ਹੜ ਬਣ ਕੇ ਫਿਰ ਵਾਪਸ ਆਏ ਤੇ ਕੇਂਦਰ ਸਰਕਾਰ ਦੀਆਂ ਮਾੜੀਆਂ ਚਾਲਾਂ ਜਿਹੜੀਆਂ ਹਨ ਉਹਨਾਂ ਤੇ ਬਿਲਕੁਲ ਪਾਣੀ ਫੇਰ ਦਿੱਤਾ ਗਿਆ। ਤੁਹਾਡਾ ਬਹੁਤ ਵੱਡਾ ਤਹੀਆ, ਤੁਸੀਂ 2 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਟ੍ਰੇਨਾਂ ਦੀਆਂ ਲਾਈਨਾਂ 'ਤੇ ਬੈਠੇ ਰਹੇ, ਲਾਈਨਾਂ ਰੋਕ ਕੇ ਰੱਖੀਆਂ, ਔਰ ਉਸ ਤੋਂ ਬਾਅਦ ਆਪਾਂ ਦਿੱਲੀ ਦੀਆਂ ਜਿਹੜੀਆਂ ਬਰੂਹਾਂ 'ਤੇ ਇਹਨਾਂ ਨੂੰ ਨੱਪਿਆ ਕੇ ਮੋਦੀ ਸਰਕਾਰ ਦੀ ਕੰਡੀ ਲੱਪੀ, ਉਹਦੀਆਂ ਨਸਾਂ ਘੁੱਟ ਕੇ ਬਹਿ ਗਏ, 4 ਚਪੇਰੇ ਤੋਂ ਆਪਾਂ ਇਹਦਾ ਸਾਹ ਬੰਦ ਕੀਤਾ ਹੋਇਆ ਹੈ। ਪਰ ਕਿਸਾਨ ਵੀਰੋ, ਇਹ ਤੁਹਾਡਾ ਏਕਾ ਜਿਹੜਾ ਇਹਦੀ ਇੱਕ ਬਹੁਤ ਵੱਡੀ ਤਾਕਤ ਹੈ, ਬਹੁਤ ਵੱਡੀ ਸ਼ਕਤੀ ਹੈ ਇਹਦੇ ਵਿੱਚ। ਪਰ ਆਪਾਂ ਨੂੰ ਮੇਰੇ ਖਿਆਲ ਦੇ ਮੁਤਾਬਕ ਇਦੋਂ ਪਹਿਲਾਂ ਆਪਣੀ ਸ਼ਕਤੀ ਦਾ ਪਤਾ ਨਹੀਂ ਸੀ, ਹੁਣ ਜਿਹੜਾ ਕੱਲ੍ਹ ਰਿਜ਼ਲਟ ਆਇਆ ਹੈ ਪੰਜਾਬ ਦੇ ਅੰਦਰ, ਉਹਦੇ ਵਿੱਚ ਤੁਸੀਂ ਵੇਖਿਆ ਹੋਣਾ ਹੈ ਅਨੰਦਪੁਰ ਸਾਹਿਬ ਤੋਂ 13 ਦੇ 13 ਉਮੀਦਵਾਰ ਜਿਹੜੇ ਸੀ ਉਹ ਆਜ਼ਾਦ ਜਿੱਤੇ ਨੇ, ਜਿਹੜੇ ਟਰੈਕਟਰ ਦੇ ਚੋਣ ਨਿਸ਼ਾਨ 'ਤੇ ਲੜੇ ਸੀ। ਉਹ ਟਰੈਕਟਰ ਤੁਹਾਡਾ ਜਿਹੜਾ ਦਿੱਲੀ ਦੀਆਂ ਬਰੂਹਾਂ 'ਤੇ, ਦਿੱਲੀ ਦੀਆਂ ਸੜਕਾਂ 'ਤੇ ਗੂੰਜ ਰਿਹਾ ਹੈ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਅੱਜ ਇਸ ਸਟੇਜ ਦੇ ਉੱਤੋਂ, ਜਿਹੜੇ ਵੀਰ ਪੰਜਾਬ ਦੇ ਅੰਦਰ ਟਰੈਕਟਰ ਦਾ ਚੋਣ ਨਿਸ਼ਾਨ ਲੈ ਕੇ ਇਲੈਕਸ਼ਨ ਲੜੇ ਨੇ, ਉਹਨਾਂ ਨੂੰ ਇੱਕ ਮੈਂ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਪਰਮਾਤਮਾ ਨੇ ਕਿਰਪਾ ਕੀਤੀ, ਤੁਸੀਂ ਉੱਥੇ ਜਿੱਤ ਪ੍ਰਾਪਤ ਕੀਤੀ ਹੈ, ਪਰ ਹੁਣ ਇਸ ਤਰ੍ਹਾਂ ਰੱਖਿਓ ਜਿਵੇਂ ਦਿੱਲੀ ਦੇ ਵਿੱਚ ਤੁਹਾਡੇ ਕਿਸਾਨ ਆਗੂ ਸਰਕਾਰ ਦੀਆਂ ਚਾਲਾਂ ਨੂੰ ਸਮਝ ਕੇ ਕਦੀ ਨਾ ਉਹਨਾਂ ਨੇ ਛੋਟੀ ਕਮੇਟੀ ਬਣਾਉਣੀ ਮੰਨੀ ਹੈ, ਨਾ ਉਹਨਾਂ ਦੀਆਂ ਚਾਲਾਂ ਵਿੱਚ ਆਏ ਨੇ। ਉਹਨਾਂ ਨੇ ਬਹੁਤ ਯਤਨ ਕੀਤੇ, ਤੁਹਾਡੇ ਆਗੂਆਂ ਨੂੰ 2-2, 4-4 ਕਰਕੇ ਖਿਲਾਰਨ ਦਾ ਉਹਨਾਂ ਨੇ ਯਤਨ ਕੀਤਾ ਹੈ, ਪਰ ਇਹ ਤੁਹਾਡੇ ਆਗੂ ਮਜ਼ਬੂਤ ਰਹੇ ਨੇ। ਉਹਨਾਂ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਜਿੱਤ ਪ੍ਰਾਪਤ ਕੀਤੀ ਹੈ। ਬੇਸ਼ੱਕ ਇਹ ਕਿਸਾਨ ਸੰਯੁਕਤ ਮੋਰਚੇ ਦਾ ਫੈਸਲਾ ਨਹੀਂ ਸੀ, ਪਰ ਫਿਰ ਵੀ ਉਹ ਟਰੈਕਟਰ ਨੂੰ ਵੋਟਾਂ ਪਈਆਂ ਨੇ, ਜਿਹੜੇ ਸਾਰੇ ਉੱਥੇ ਜਿੱਤੇ ਨੇ ਟਰੈਕਟਰ ਚੋਣ ਨਿਸ਼ਾਨ ਨੂੰ ਵੋਟਾਂ ਪਈਆਂ ਨੇ, ਤੇ ਉਹਨਾਂ ਨੂੰ ਇੱਕੋ ਬੇਨਤੀ ਕਰਨੀ ਚਾਹੂੰਗਾ ਕਿ ਜਿੱਤਣ ਤੋਂ ਬਾਅਦ ਬੇਸ਼ੱਕ ਤੁਹਾਡੀ ਕਮੇਟੀ ਬਣੇ ਚਾਹੇ ਨਾ ਬਣੇ, ਪਰ ਕਿਸੇ ਦੀ ਝੋਲੀ ਵਿੱਚ ਨਾ ਡਿੱਗਿਓ। ਆਉਣ ਵਾਲੇ ਸਮੇਂ ਦੇ ਵਿੱਚ ਇਹ ਟਰੈਕਟਰ ਦਾ ਨਿਸ਼ਾਨ ਨਾ ਕਰ ਦਿਓ, ਲੋਕ ਐਂ ਸੋਚਣਗੇ ਕਿ ਟਰੈਕਟਰ ਸ਼ਾਇਦ ਬਕਾਊ ਹੋ ਗਿਆ। ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ। ਇਹ ਮੈਂ ਅੱਜ ਸਟੇਜ ਤੋਂ ਉਹਨਾਂ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਜਿੱਦਣ ਵੀ ਬਣੀ ਕਮੇਟੀ, ਜਿੱਥੇ ਤੁਹਾਡੀ ਬਹੁਸੰਮਤੀ ਹੈ ਉੱਥੇ ਤੁਹਾਡੀ ਉਹ ਬਣਨੀ ਹੈ, ਪਰ ਕਿਸੇ ਰਾਜਸੀ ਪਾਰਟੀ ਦੀ ਝੋਲੀ ਵਿੱਚ ਨਾ ਡਿੱਗ ਪਿਆ ਜੀ। ਕਿਸਾਨ ਵੀਰੋ, ਮੈਂ ਇੱਕ ਗੱਲ ਕਰਕੇ ਆਪਣੀ ਆਰੇ ਸਮਾਪਤ ਕਰੂੰਗਾ।
मेरे तो पहला तकरीबन बुलारिया ने बहुत विस्तार से तुहानू जानकारी दिती है। असी तुहाडियां मंगा जड़ियां ने इन्हां नू लैके केंद्र सरकार तक पहुँचाउंदे रहे हां, पर केंद्र दी मोदी सरकार है जिहड़ी ये तुहानू नीवा विखाउण वास्ते तुहाडे घोल दे उत्ते एक इल्जाम लाउण वास्ते इस महंगाई नू पैरों पैर चुकण दा जतन कर रही है। पेट्रोल कित्थे चलिया गया, डीजल कित्थे चलिया गया, वो ये गल्लां बणाउंदे कि अंदोलन दे कारण हो गया है। असी मोदी सरकार नू दसना चाहुणे आ, मोदी साहब तुसीं इह माड़ियां हरकतां तों बाज आ जाओ, इह कानून तुहानूं रद्द करने पैणे ने। जो असीं अज तों पहला स्टेज तों कहिंदे रहे हां उही गल अज कह के अपनियां रिसबाबत करूंगा। जेकर कानून रद्द नहीं हुंदे तां साडियां लाशां इत्थों जा सकदियां ने, नहीं तां कानून रद्द करा के जावांगे, नहीं तां साडियां लाशां जाणगियां। इहनियां बेनतियां करके अपनियां रिसबाबत करदा। वाहिगुरू जी का खालसा, वाहिगुरू जी की फतेह।